ਪੰਜਾਬੀ 뮤직 ਇੰਡਸਟਰੀ ਦੇ ਨਾਮੀ ਗਾਇਕ ਨਿਸ਼ਤਰ ਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਪਤਨੀ ਦਲਵਿੰਦਰ ਕੌਰ ਗਿੱਲ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਕਿ ਨਿਸ਼ਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਬੀਤੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਦਲਵਿੰਦਰ ਕੌਰ ਦੇ ਦੇਹਾਂਤ ਤੋਂ ਬਾਅਦ ਫਗਵਾੜਾ ਦੀ ਰਾਜਨੀਤਿਕ ਹਸਤੀਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਪਤਵੰਤਿਆਂ ਨੇ ਨਿਸ਼ਤਰ ਗਿੱਲ ਨਾਲ ਦੁੱਖ ਪ੍ਰਗਟ ਕੀਤਾ। ਦਲਵਿੰਦਰ ਕੌਰ ਦਾ ਅੰਤਿਮ ਸੰਸਕਾਰ ਬੰਗਾ ਰੋਡ ਸ਼ਮਸ਼ਾਨ ਘਾਟ ਵਿਖੇ ਪੂਰੇ ਰੀਤੀ ਰਿਵਾਜ਼ਾਂ ਮੁਤਾਬਕ ਕੀਤਾ ਗਿਆ, ਜਿਸ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲ ਹੀਰ, ਗੀਤਾ ਜੈਲਦਾਰ, ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸੁਰਜੀਤ ਸਿੰਘ ਘੁੰਮਣ, ਸਰਦਾਰ ਹਰਮਿੰਦਰ ਸਿੰਘ ਬਸਰਾ, ਅਮਿਤ ਸ਼ੁਕਲਾ, ਚੌਧਰੀ ਮੋਹਨ ਸਿੰਘ, ਹਰੀਪਾਲ ਸਿੰਘ, ਤਰਨਜੀਤ ਸਿੰਘ ਕਿੰਦੜਾ, ਮਲਕੀਅਤ ਸਿੰਘ ਕਪੂਤਰਾ, ਮੋਹਨਜੀਤ ਸਿੰਘ ਜੌੜਾ, ਜਗਜੀਤ ਸਿੰਘ ਜੌੜਾ, ਗੁਰਜੀਤ ਵਾਲੀਆ, ਸ਼ਰਨਜੀਤ ਸਿੰਘ ਤੋਂ ਇਲਾਵਾ ਉੱਚ ਸ਼ਖਸੀਅਤਾਂ ਅਤੇ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪ੍ਰਸਿੱਧ ਪੰਜਾਬੀ ਕਲਾਕਾਰ ਨਿਸ਼ਤਰ ਗਿੱਲ ਦੀ ਲੜਕੀ ਦਾ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਜਦਕਿ ਲੜਕੇ ਦਾ ਵਿਆਹ ਵੀ 17 ਨਵੰਬਰ ਨੂੰ ਸੀ। ਪਰ ਇਹਨਾਂ ਖੁਸ਼ੀਆਂ ਵਿੱਚ ਹੀ ਗਿੱਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਅਤੇ ਨਿਸ਼ਤਰ ਗਿੱਲ ਅਤੇ ਉਸ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਦਲਵਿੰਦਰ ਕੌਰ ਗਿੱਲ ਦੀ ਮੌਤ 'ਤੇ ਵੱਖ ਵੱਖ ਬੁਲਾਰਿਆਂ ਨੇ ਜਿੱਥੇ ਨਿਸ਼ਤਰ ਗਿੱਲ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦਲਵਿੰਦਰ ਕੌਰ ਗਿੱਲ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ, ਉੱਥੇ ਹੀ ਉਹਨਾਂ ਆਪਣੀਆਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਵੀ ਦਿੱਤੀ। ਪ੍ਰਸਿੱਧ ਗਾਇਕ ਵੀਰ ਸਾਡਾ ਨਿਸ਼ਤਰ ਗਿੱਲ, ਜਿਹਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਬਦਲ ਗਈਆਂ, ਪਰ ਇਹ ਵਾਹਿਗੁਰੂ ਅੱਗੇ ਤਾਂ ਪਰ ਕੋਈ ਸ਼ਬਦ ਹੀ ਨਹੀਂ ਹੈਗੇ। ਉਹਨਾਂ ਦੀ ਪਤਨੀ ਜੋ ਸਾਡੀ ਭੈਣ ਦਲਵਿੰਦਰ ਕੌਰ ਆ, ਜਿਨ੍ਹਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ, ਅੱਜ ਸੰਸਕਾਰ ਦੇ ਮੌਕੇ ਕੋਈ ਵੀ ਸ਼ਖਸ ਜਿਹੜਾ ਵੀ ਸ਼ਾਮਿਲ ਹੋਇਆ ਆਪਣੇ ਹੰਝੂ ਰੋਕ ਨਹੀਂ ਸਕਿਆ। ਪਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਇਹੀ ਅਰਦਾਸ ਕਰ ਸਕਦੇ ਹਾਂ, ਵਾਹਿਗੁਰੂ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਵੱਲੋਂ ਅਤੇ ਸੰਗੀਤ ਦਰਪਣ ਅਦਾਰਾ ਵੱਲੋਂ ਬਹੁਤ ਹੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਵਾਹਿਗੁਰੂ ਆਪਣੇ ਇਸ ਦੁੱਖ ਦੀ ਘੜੀ ਨੂੰ ਬਲ ਬਖਸ਼ੇ। ਅਤੇ ਅੱਜ ਬਹੁਤ ਸੋਗ ਦੀ ਘੜੀ ਹੈ ਔਰ ਹਮੇਸ਼ਾ ਲਈ ਪਰਮਾਤਮਾ ਦੇ ਚਰਨਾਂ 'ਚ ਜਾਣ ਵਾਸਤੇ ਸਾਡੀ ਉਹ ਇੱਕ ਛੋਟੀ ਉਮਰ ਦੀ ਧੀ ਰਾਣੀ, ਜਿਹਨੂੰ ਅਸੀਂ ਬਿੰਦਰ ਕਹਿ ਕੇ ਵੀ ਬੁਲਾਉਂਦੇ ਸੀਗੇ, ਅਤੇ ਇੰਨਾ ਨੇਕ ਸੁਭਾਅ, ਇੰਨਾ ਚੰਗਾ ਸੁਭਾਅ ਕਿ ਬਹੁਤ ਮੈਂ ਕਹਿੰਦਾ ਕਿ ਵੱਡੇ ਵੱਡੇ ਤੂਫਾਨਾਂ 'ਚੋਂ ਨਿਕਲ ਕੇ ਵੀ ਉਹ ਜਿਹੜੀ ਕੁੜੀ ਹੈ, ਉਹ ਜਿਹੜੀ ਲੜਕੀ ਸੀ ਜਾਣ ਵਾਲੀ, ਉਹਨੇ ਸਾਰਾ ਕੁਛ ਸਮੇਟਿਆ, ਸਾਰਾ ਕੁਛ ਬੜੇ ਅੱਛੇ ਤਰੀਕੇ ਨਾਲ ਹੈਂਡਲ ਕਰ ਦਿੰਦੀ ਸੀ। ਪਰਿਵਾਰ ਦੇ ਵਿੱਚ ਕੋਈ ਵੀ ਤੱਤੀ ਠੰਡੀ ਕੋਈ ਵੀ ਗੱਲ ਹੁੰਦੀ ਸੀ ਅਤੇ ਉਹਨੇ ਕਦੇ ਮਹਿਸੂਸ ਨਹੀਂ ਸੀ ਹੋਣ ਦਿੱਤਾ ਵੀ ਕੋਈ ਮੇਰੇ 'ਤੇ ਅੱਜ ਕਿਵੇਂ ਦਾ ਵਕਤ ਚੱਲਦਾ ਆ। ਲੇਕਿਨ ਹਰ ਵਕਤ ਨੂੰ ਚੰਗੇ ਤਰੀਕੇ ਨਾਲ ਨਿਭਾ ਕੇ ਗਈ ਹੈ ਔਰ ਸਾਡਾ ਭਰਾ ਨਛੱਤਰ ਗਿੱਲ ਦੇ ਨਾਲ ਜਿਹੜਾ ਉਹਨਾਂ ਦਾ ਸਾਥ ਰਿਹਾ ਔਰ ਬਹੁਤ ਲਾਜਵਾਬ, ਅਤੇ ਮਾਲਕ ਹੁਣ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਗਿੱਲ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਇਹੀ ਕਹਿ ਸਕਦੇ ਹਾਂ। ਕਿਉਂਕਿ ਉਹਦੀ ਉਸਤ ਕਰਨੀ ਮੇਰੇ ਕੋਲ ਲਫਜ਼ ਨਹੀਂ ਕਿ ਮੈਂ ਉਸ ਲੜਕੀ ਦੇ ਉਸ ਜਾਣ ਵਾਲੀ ਦੇ ਮੈਂ ਸਿਫਤ ਕਰ ਸਕਾਂ। ਉਹ ਬਹੁਤ ਨੇਕ ਰੂਹ ਸੀ, ਬਹੁਤ ਚੰਗੀ ਕੁੜੀ ਸੀ।